ਬਨੂੜ ਵਿਖੇ 21ਵੇਂ ਅੱਖਾਂ ਦੇ ਮੁਫ਼ਤ ਕੈਂਪ ਦੇ ਵਿੱਚ 575 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਮੋਹਾਲੀ ਦੇ 6 ਫੇਸ JP ਹਸਪਤਾਲ ਦੇ ਵਿੱਚ 171 ਮਰੀਜ਼ਾਂ ਦੀ ਅੱਖਾਂ ਦੇ ਵਿੱਚ ਵਧੀਆ ਲੈਂਸ ਪਾ ਕੇ ਰੋਸ਼ਨੀ ਦਿੱਤੀ ਗਈ। ਇਸ ਮੌਕੇ ਵਿਸ਼ਾਲ ਸਿੰਗਲਾ, ਸਮਾਜ ਸੇਵੀ ਗੁਰਵਿੰਦਰ ਸਿੰਘ ਕਰਾਲਾ ਨੇ ਮਰੀਜ਼ਾਂ ਦੀ ਸੇਵਾ ਕੀਤੀ। ਸੀਗਾ ਤਕਰੀਬਨ ਜਿਹਦੇ ਵਿੱਚ 600 ਬੰਦੇ ਦੇ ਕਰੀਬ ਜਿਨ੍ਹਾਂ ਦੇ ਟੈਸਟ ਹੋਏ ਸੀਗੇ, ਜਿਨ੍ਹਾਂ ਦੇ ਵਿੱਚੋਂ 171 ਬੰਦੇ ਦੇ ਆਪਰੇਸ਼ਨ ਹੋਣੇ ਨੇ, ਜਿਨ੍ਹਾਂ ਦੇ ਵਿੱਚੋਂ 120 ਬੰਦੇ ਦੇ ਆਪਰੇਸ਼ਨ ਹੋ ਚੁੱਕੇ ਨੇ। ਅੱਜ ਉਹਨਾਂ ਦੇ ਸਾਰਿਆਂ ਦੀਆਂ ਆਪਰੇਸ਼ਨ ਤੋਂ ਬਾਅਦ ਪੱਟੀਆਂ ਖੋਲ੍ਹ ਕੇ ਐਨਕਾਂ ਦਿੱਤੀਆਂ ਜਾ ਰਹੀਆਂ ਅਤੇ ਸਾਰਿਆਂ ਦੇ ਆਪਰੇਸ਼ਨ ਜਿਹੜੇ ਵੀ ਹੋਏ ਨੇ ਬਹੁਤ ਵਧੀਆ ਹੋਏ ਨੇ ਅਤੇ ਹਰ ਇੱਕ ਦੀ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਨਿਗਾਹ ਬਣ ਗਈ ਹੈਗੀ ਹੈ। ਸੋ ਇਸ ਕਰਕੇ ਮੈਂ ਸਾਰੇ ਵੀਰ ਭਾਈਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਔਰ ਇਸ ਚੀਜ਼ ਨੂੰ ਅੱਗੇ ਵਧਾਇਆ ਹੈਗਾ। ਔਰ ਸਾਡੀ ਇਹ ਸੋਚ ਹੈ ਕਿ ਇਸ ਨੂੰ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਵੱਡਾ ਕੀਤਾ ਜਾਵੇ ਅਤੇ ਤੁਹਾਡੇ ਭਾਈਆਂ ਦੀ ਸਾਨੂੰ ਹੈਲਪ ਦੀ ਜ਼ਰੂਰਤ ਹੈ। ਵਾਹਿਗੁਰੂ ਜੀ। ਬਰੂੜ ਤੋਂ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਰਜਿੰਦਰ ਮੋਹੀ, ਅਜ਼ਾਦ TV ਨਿਊਜ਼।